ਮੇਰੀ ਖੇਤੀ ਮੇਰਾ ਕਿਸਾਨ ਚੈਨਲ ਦੇਖ ਰਹੇ ਕਿਸਾਨ ਵੀਰਾਂ ਨੂੰ ਕੁਲਦੀਪ ਸਿੰਘ ਸ਼ੇਰਗਿੱਲ ਵੱਲੋਂ ਸਤਿ ਸ਼੍ਰੀ ਅਕਾਲ। ਕਿਸਾਨ ਸਾਥੀਓ, ਸਾਡਾ ਬਹੁਤਾ ਟਾਈਮ ਕਚਹਿਰੀ ਸੁਵਿਧਾ ਕੇਂਦਰ ਦੇ ਵਿੱਚ, ਕਦੇ ਜਨਮ ਦਾ ਸਰਟੀਫਿਕੇਟ, ਕਦੇ ਮੌਤ ਦਾ ਸਰਟੀਫਿਕੇਟ, ਕਦੇ ਡੋਮੀਸਾਈਲ, ਕਿਤੇ ਆਮਦਨ ਪਰੂਫ, ਕਦੇ ਜਿਹੜਾ ਹੈਗਾ ਜ਼ਮੀਨ ਦੇ ਰਿਕਾਰਡ ਲੈਣ ਵਾਸਤੇ, ਕਦੇ ਜਿਹੜਾ ਹੈਗਾ ਬੈਂਕ ਦੇ ਵਿੱਚ ਜਾਣ ਵਾਸਤੇ, ਜਾਂ ਕਈ ਤਰ੍ਹਾਂ ਤਰ੍ਹਾਂ ਦੇ ਸਰਟੀਫਿਕੇਟ, ਜਾਤੀ ਦਾ ਸਰਟੀਫਿਕੇਟ ਜਾਂ ਕਾਨੂੰਨੀ ਸੇਵਾਵਾਂ ਸੰਬੰਧੀ ਜਿਹੜਾ ਹੈਗਾ ਕੋਈ ਸਰਟੀਫਿਕੇਟ ਲੈਣਾ, ਤਾਂ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਖਰਾਬ ਹੁੰਦਾ। ਅਤੇ ਕਈ ਵਾਰੀ ਉੱਥੇ ਅਸੀਂ ਜਿਹੜਾ ਹੈਗਾ ਇਹੋ ਜਿਹੇ ਦਲਾਲਾਂ ਦੇ ਹੱਥ ਵੀ ਫਸ ਜਾਂਦੇ ਹਾਂ, ਜਿਨ੍ਹਾਂ ਤੋਂ ਕਿ ਸ਼ੈੱਲ ਲਵਾ ਲੈਂਦੇ ਹਾਂ ਅਸੀਂ। ਤਾਂ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਇਹ ਸਾਰੀਆਂ ਸੁਵਿਧਾਵਾਂ ਅਸੀਂ ਆਪਣੇ ਪਿੰਡ ਦੇ ਵਿੱਚ ਹੀ ਬੈਠੇ ਕਿਵੇਂ ਲੈ ਸਕਦੇ ਹਾਂ। ਭਾਰਤ ਸਰਕਾਰ ਨੇ ਪ੍ਰਾਵਧਾਨ ਕੀਤਾ ਕਿ ਇਹ ਸੁਵਿਧਾਵਾਂ ਸਾਨੂੰ ਸਾਡੇ ਪਿੰਡ ਦੇ ਵਿੱਚ ਮਿਲਣ, ਅਤੇ ਨਾਲ ਹੀ ਜਿਹੜੇ ਸਾਡੇ ਨੌਜਵਾਨ ਮੁੰਡੇ ਹੈਗੇ ਆ, ਜਿਹੜੇ ਪੜ੍ਹੇ ਲਿਖੇ ਮੁੰਡੇ ਹੈਗੇ ਆ, ਉਹ ਕਿਸ ਤਰੀਕੇ ਦੇ ਨਾਲ ਇਸ ਤੋਂ ਇੱਕ ਚੰਗੀ ਆਮਦਨ ਵੀ ਕਮਾ ਸਕਦੇ ਆ, ਉਸ ਬਾਰੇ ਇਸ ਵੀਡੀਓ 'ਚ ਗੱਲ ਕਰਾਂਗਾ। ਅਤੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰਨਾ, ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਬੈੱਲ ਬਟਨ ਜ਼ਰੂਰ ਨਪੜੋ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਫੋਨ ਤੱਕ ਪਹੁੰਚਦੀ ਰਹੇ। ਦੋਸਤੋ, ਸਭ ਤੋਂ ਪਹਿਲਾਂ ਮੈਂ ਗੂਗਲ ਦੇ ਬਰਾਊਜ਼ਰ 'ਤੇ ਜਾ ਕੇ www.csc.gov.in ਭਰਦਾ ਹੈ। ਜਦੋਂ ਮੈਂ ਇਹ ਭਰਦਾ ਹਾਂ ਤਾਂ ਮੇਰੇ ਕੋਲ ਭਾਰਤ ਸਰਕਾਰ ਦਾ ਕੋਮਨ ਸਰਵਿਸ ਸੈਂਟਰ ਦਾ ਪੇਜ ਖੁੱਲ੍ਹ ਜਾਂਦਾ ਹੈ, ਜਿੱਥੇ ਕਿ ਦਿਖਾਇਆ ਗਿਆ ਕਿ ਵੱਖ ਵੱਖ ਕਿਸਮ ਦੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਅਸੀਂ ਇਸ ਸੈਂਟਰ ਤੋਂ ਲੈ ਸਕਦੇ ਹਾਂ। ਇਹ ਸੈਂਟਰ ਲਗਭਗ ਹਰ ਇੱਕ ਪਿੰਡ ਦੇ ਵਿੱਚ ਹੈ, ਜੇਕਰ ਹਰ ਪਿੰਡ ਦੇ ਵਿੱਚ ਨਹੀਂ ਹੈ ਤਾਂ ਨਾਲ ਦੇ ਪਿੰਡ ਦੇ ਵਿੱਚ ਹੋਏਗਾ। ਤਾਂ ਇਹ ਹੀ ਸਾਡੀ ਆਮਦਨ ਦਾ ਸਾਧਨ ਬਣਨਾ ਹੈ, ਇਹ ਹੀ ਸਾਡੀ ਆਮਦਨ ਦਾ ਸਾਧਨ ਬਣਨਾ ਹੈ ਕਿ ਅਸੀਂ ਇਹ ਸਰਵਿਸਿਸ ਪਿੰਡ ਦੇ ਵਿੱਚ ਆਪ ਮੁਹੱਈਆ ਕਰਾਉਣੀਆਂ। ਜੇਕਰ ਤੁਸੀਂ ਇਹ ਪੜ੍ਹੇ ਲਿਖੇ ਹੋ ਤਾਂ ਤੁਸੀਂ ਇਹ ਸਾਰੀਆਂ ਸਰਵਿਸਿਸ ਜਿਹੜੀਆਂ ਹੈਗੀਆਂ ਲੋਕਾਂ ਨੂੰ ਮੁਹੱਈਆ ਕਰਾਓਗੇ, ਤਾਂ ਉਹ ਕਰਵਾ ਕੇ ਉਹਨਾਂ ਤੋਂ ਫੀਸ, ਸਰਕਾਰ ਦੁਆਰਾ ਨਿਸ਼ਚਿਤ ਆ ਉਹ ਫੀਸ ਲਵੋਗੇ, ਅਤੇ ਉਸ ਫੀਸ ਦੇ ਰਾਹੀਂ ਤੁਹਾਡੀ ਜਿਹੜੀ ਆਮਦਨ ਹੈਗੀ ਹੈ ਉਹ ਕਾਫੀ ਚੰਗੀ ਆਮਦਨ ਹੋ ਸਕਦੀ ਹੈ, ਜਿਹੜੀ ਕਿ 15,000 ਤੋਂ 30,000 35,000 ਰੁਪਏ ਤੱਕ ਵੀ ਤੁਸੀਂ ਜਿਹੜਾ ਹੈਗਾ ਜਾ ਸਕਦੇ ਹੋ। ਹੁਣ ਇੱਥੇ ਦੇਖੀਏ ਆਪਾਂ ਕਿ ਕਿਹੜੀਆਂ ਕਿਹੜੀਆਂ ਸਰਵਿਸਿਸ ਹੈਗੀਆਂ, ਗੌਰਮੈਂਟ ਟੂ ਸਿਟੀਜ਼ਨ, ਬਿਜ਼ਨਸ ਟੂ ਸਿਟੀਜ਼ਨ, ਅਤੇ ਇਸ ਤਰ੍ਹਾਂ ਕਰਕੇ ਕਈ ਕੈਟਾਗਰੀਆਂ ਹੈਗੀਆਂ, ਅਤੇ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਹੈ, ਐਗਰੀਕਲਚਰ ਹੈ, ਹੈਲਥ ਸਰਵਿਸ ਹੈ, ਡਿਜੀਟਲ ਪੇਮੈਂਟ ਹੈਗੀਆਂ, CSC ਈ ਸਾਈਨ ਹੈਗੇ ਹੈ। ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਭਾਰਤ ਬਿੱਲ ਪੇ ਹੈ, ਭਾਰਤ ਬਿੱਲ ਪੇ ਦੇ ਵਿੱਚ ਹੁਣ ਸ਼ਹਿਰ ਜਾ ਕੇ ਬਿਜਲੀ ਦੀ ਬਿੱਲ ਦੇਣਾ ਅਤੇ ਲਾਈਨ 'ਚ ਲੱਗਣ ਦੀ ਲੋੜ ਨਹੀਂ ਹੈਗੀ, ਮੋਬਾਈਲ ਦਾ ਬਿੱਲ ਘਰ ਭਰਿਆ ਜਾਊਗਾ ਇੱਥੇ ਬੈਠ ਕੇ। ਜੇਕਰ DTH ਡੈਸ਼ ਰਿਚਾਰਜ ਕਰਾਉਣੀ ਆ ਉਹ ਵੀ ਇੱਥੇ ਹੋਏਗੀ। ਹੁਣ ਇੱਕ ਆ ਦੇਖੋ ਫਾਸਟੈਗ ਲੱਗ ਰਹੇ ਆ ਟੋਲ ਪਲਾਜ਼ੇ ਦੀ ਜਗ੍ਹਾ ਗੱਡੀਆਂ 'ਤੇ, ਉਹ ਵੀ CSC ਸੈਂਟਰ ਤੋਂ ਸਾਨੂੰ ਅਵੇਲੇਬਲ ਹੋ ਸਕਦੇ ਆ। ਪਾਸਪੋਰਟ ਲਈ ਅਪਲਾਈ ਕਰਨਾ, ਅਪੁਆਇੰਟਮੈਂਟ ਲੈਣੀ ਹੈ, ਉਹ ਤੁਹਾਡੇ ਪਿੰਡ ਦੇ CSC ਸੈਂਟਰ ਤੋਂ ਹੀ ਹੋਊਗਾ। ਪੈਨ ਕਾਰਡ ਅਪਲਾਈ ਕਰਨਾ, ਪੈਨ ਕਾਰਡ ਜਿਹੜਾ ਹੈਗਾ ਨਵਾਂ ਬਣਾਉਣਾ ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਵੀ ਤੁਹਾਡਾ ਜਿਹੜਾ ਹੈਗਾ CSC ਸੈਂਟਰ ਦਿੰਦਾ। ਲੋਕਾਂ ਦੇ ਘਰਾਂ ਦੇ ਵਿੱਚ ਟੋਇਲਟ ਬਣ ਰਹੀਆਂ ਸਵੱਛ ਭਾਰਤ ਸਕੀਮ ਦੇ ਤਹਿਤ, ਕਈ ਲੋਕਾਂ ਦੇ ਬਣ ਗਿਆ, ਕਈ ਰਹਿ ਗਏ, ਉਹ ਵਿਚਾਰੇ ਜਿਹੜਾ ਹੈਗਾ ਕੁਝ ਪੋਲੀਟੀਕਲ ਲੋਕਾਂ ਦੇ ਮਗਰ ਲੱਗੇ ਫਿਰਦੇ, ਸਾਡੇ ਵੀ ਬਣਾ ਦਿਓ। ਭਰਾਵੋ, CSC ਸੈਂਟਰ ਜਾਓ, ਖੁਦ ਜਾ ਕੇ ਅਪਲਾਈ ਕਰੋ, ਤੁਹਾਡੇ ਘਰ ਟੋਇਲਟ ਬਣ ਜੂਗੀ। ਕਿਸੇ ਮਤਲਬ ਕਿ ਪੂਰੇ ਦਾ ਪੂਰਾ ਜਿਹੜਾ ਦਲਾਲ ਸਿਸਟਮ ਸੀਗਾ ਨਾ, ਉਹਨੂੰ ਖਤਮ ਕਰਨ ਦੀ ਇਹ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾਸਤੇ ਰਜਿਸਟ੍ਰੇਸ਼ਨ ਕਰਾਉਣੀ ਤਾਂ CSC ਸੈਂਟਰ ਜਾਓ, ਉੱਥੇ ਹੋਏਗੀ। ਕਿਸਾਨ ਮੇਰੇ ਵੀਰ ਜਿਹੜੇ ਹੈਗੇ ਆ ਕੋਈ ਪ੍ਰਿਜ਼ਰਵੇਸ਼ਨ ਦਾ, ਫੂਡ ਦਾ ਕੰਮ ਕਰਦੇ ਆ, ਤਾਂ ਉਹਨਾਂ ਨੂੰ FSSI ਤੋਂ ਸਰਟੀਫਿਕੇਟ ਚਾਹੀਦਾ ਹੁੰਦਾ, ਉਹ ਵੀ ਇੱਥੇ ਹੀ ਅਪਲਾਈ ਹੋਏਗਾ, ਨਹੀਂ ਤਾਂ ਚੰਡੀਗੜ੍ਹ ਤੱਕ ਚੱਕਰ ਲਗਾਉਣੇ ਪੈਂਦੇ ਸੀ ਪਹਿਲਾਂ। ਸੋਇਲ ਹੈਲਥ ਕਾਰਡ, ਇਸ ਤੋਂ ਬਿਨਾਂ ਈ ਡਿਸਟ੍ਰਿਕਟ ਮਤਲਬ ਕਿ ਡਿਸਟ੍ਰਿਕਟ ਦੇ ਟੋਟਲ ਕੰਮ, ਤੁਸੀਂ ਬੁਢਾਪਾ ਪੈਨਸ਼ਨ ਹੈ, ਤੁਹਾਡੀ ਕੋਈ ਸੋਸ਼ਲ ਵੈਲਫੇਅਰ ਸਕੀਮ ਹੈ, ਤੁਹਾਡਾ ਰਾਸ਼ਨ ਕਾਰਡ ਹੈ, ਡਰਾਈਵਿੰਗ ਲਾਇਸੈਂਸ ਹੈ, ਜਨਮ ਦਾ ਸਰਟੀਫਿਕੇਟ ਹੈ, ਮੌਤ ਦਾ ਸਰਟੀਫਿਕੇਟ ਹੈ, ਕੋਈ RTI ਪਾਉਣੀ ਹੈਗੀ ਹੈ, ਕੋਈ ਜ਼ਮੀਨ ਦਾ ਰਿਕਾਰਡ ਦੇਖਣਾ ਹੈਗਾ, ਕਿਸੇ ਕਿਸਮ ਦੀ ਬਿੱਲ ਪੇਮੈਂਟ ਹੈਗੀ ਹੈ, ਜਾਂ ਤੁਹਾਡੀਆਂ ਕੋਈ ਲੀਗਲ ਨੋਟਸ ਜਿਹੜੇ ਹੈਗੇ ਆ ਉਹ ਹੈਗੇ ਆ, ਜਾਂ ਤੁਸੀਂ ਜਿਹੜਾ ਹੈਗਾ ਆਪਣਾ ਵੋਟਰ ਕਾਰਡ ਨੂੰ ਬਦਲਾਉਣਾ ਹੈਗਾ, ਕੋਈ ਐਡਰੈਸ ਚੇਂਜ ਕਰਾਉਣਾ, ਕੋਈ ਗਲਤ ਚੀਜ਼ ਹੈਗੀ ਆ ਮਤਲਬ ਕਿ ਹੋਈ ਆ ਉਹ ਗਲਤੀ ਉਹ ਸਹੀ ਕਰਾਉਣੀ ਹੈ, ਇਹ ਸਾਰੇ ਦੇ ਸਾਰੇ ਕੰਮ CSC ਸੈਂਟਰ ਕਰਦਾ ਹੈ। CSC ਸੈਂਟਰ ਨਹੀਂ ਤੁਸੀਂ ਕਰੋਗੇ, ਤੁਸੀਂ ਖੁਦ CSC ਸੈਂਟਰ ਲਾਓਗੇ। ਹੈਲਥ ਸਰਵਿਸਿਸ ਦੇ ਵਿੱਚ ਵੀ ਇਹ ਕਰਦਾ। ਹੁਣ ਆਯੁਸ਼ਮਾਨ ਭਾਰਤ ਸਕੀਮ ਜਿਹੜੀ ਹੈਗੀ ਹੈ ਉਹ ਸਕੀਮ ਪੂਰੇ ਇੰਡੀਆ 'ਚ ਲਾਗੂ ਹੈ, ਬਹੁਤ ਜਲਦ ਪੰਜਾਬ 'ਚ ਵੀ ਲਾਗੂ ਹੋਣ ਵਾਲੀ ਹੈ।
ਤਾਂ ਉਹਦੇ ਦੀ ਰਜਿਸਟ੍ਰੇਸ਼ਨ ਵੀ ਤੁਹਾਨੂੰ ਇੱਥੇ ਜਾਣਾ ਪਏਗਾ। ਪ੍ਰਧਾਨ ਮੰਤਰੀ ਜਨ ਔਸ਼ਧੀ ਸਕੀਮ ਦੇ ਰਾਹੀਂ ਜਿਹੜੀਆਂ ਕਿ ਦਵਾਈਆਂ ਅਸੀਂ ਮਹਿੰਗੇ ਭਾਅ ਦੀਆਂ ਖਰੀਦਦੇ ਹਾਂ, ਸਸਤੇ ਰੇਟ 'ਤੇ ਮਿਲ ਰਹੀਆਂ, ਉਹ ਵੀ CSE ਸੈਂਟਰ ਹੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਚਲਾ ਰਹੇ ਆ। ਠੀਕ ਹੈ, ਤੁਹਾਡੇ ਪਿੰਡ ਸ਼ਾਇਦ ਕਿ ਨਹੀਂ ਅਵੇਲੇਬਲ ਹੋਏਗੀ, ਇਸ ਤੋਂ ਬਿਨਾਂ ਇਹ ਬਹੁਤ ਅੱਗੇ ਤਰੱਕੀ ਕਰਨ ਵਾਲਾ। ਤੁਹਾਡੇ ਬਲੱਡ ਟੈਸਟ ਕਰਾਉਣਾ, ਕੋਈ ਹੋਰ ਟੈਸਟ ਕਰਾਉਣੇ, ਸੈਂਪਲਿੰਗ ਵੀ ਇੱਥੇ ਹੋਏਗੀ। ਮਤਲਬ ਇਹ ਹੈ ਕਿ ਤੁਸੀਂ ਜੇਕਰ ਇਹ ਸੈਂਟਰ ਹੁਣ ਲੈ ਲੈਂਦੇ ਹੋ ਤਾਂ ਤੁਹਾਨੂੰ ਅੱਗੇ ਜਾ ਕੇ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈਗਾ। ਪਿੰਡ ਦੇ ਵਿੱਚ ਇੰਟਰਨੈਟ ਉਪਲਬਧ ਕਰਾਉਣਾ, ਜਿਹੜੇ ਪਿੰਡ ਦੇ ਵਿੱਚ ਕਿਤੇ ਕਨੈਕਟੀਵਿਟੀ ਨਹੀਂ ਹੈਗੀ, ਚਲੋ ਪੰਜਾਬ 'ਚ ਇਹੋ ਜਿਹੀ ਦਿੱਕਤ ਨਹੀਂ, ਰਾਜਸਥਾਨ ਦੇ ਵਿੱਚ ਦਿੱਕਤ ਹੈਗੀ ਹੈ, ਕਈ ਹੋਰ ਸਟੇਟਸ ਹੈਗੀਆਂ, ਨਬਾਰਡ ਦਾ ਫਾਈਨੈਂਸ਼ੀਅਲ ਲਿਟਰੇਸੀ ਪ੍ਰੋਗਰਾਮ ਹੈਗਾ, ਲੀਗਲ ਲਿਟਰੇਸੀ, ਅਸੀਂ ਜਿਹੜਾ ਹੈਗਾ ਕੋਈ ਲੀਗਲ ਨੋਟਸ ਕਢਾਉਣਾ ਹੈਗਾ ਜਾਂ ਕੋਰਟ ਦਾ ਕੋਈ ਜਿਹੜੀ ਪ੍ਰੋਸੀਡਿੰਗ ਹੈ ਉਹ ਡਾਊਨਲੋਡ ਕਰਨੀ ਹੈ, ਉਹ ਵੀ ਅਸੀਂ ਇੱਥੋਂ ਹੀ ਕਰ ਸਕਦੇ ਹਾਂ। ਬੈਂਕ ਦੇ ਵਿੱਚ ਕੋਈ ਖਾਤਾ ਖੁਲਵਾਉਣਾ ਹੈਗਾ, ਬੈਂਕ ਦੇ ਵਿੱਚ ਪੈਸਾ ਟ੍ਰਾਂਸਫਰ ਕਰਨਾ, ਇਹ ਸਾਰੀਆਂ ਚੀਜ਼ਾਂ ਜਿਵੇਂ ਮੈਂ ਇੱਥੇ ਦਿਖਾਇਆ ਹੈਗਾ, ਪੈਨ ਕਾਰਡ, ਆਧਾਰ ਕਾਰਡ, ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਣਦਾਨ ਸਕੀਮ ਜਿਹੜੀ ਹੈਗੀ ਹੈ ਉਹਦੀ ਰਜਿਸਟ੍ਰੇਸ਼ਨ ਇੱਥੇ ਹੋਏਗੀ, ਸਵੱਛ ਭਾਰਤ ਦੀ ਟੋਇਲਟ ਹੋਏਗੀ, ਫੂਡ ਪ੍ਰੋਸੈਸਿੰਗ ਦੀ ਸਰਟੀਫਿਕੇਟ ਇੱਥੋਂ ਮਿਲੇਗਾ, ਕਿਸਾਨ ਸੇਵਾ ਕੇਂਦਰ ਹੈ, ਵੋਟਰ ਕਾਰਡ ਹੈ, ਡਰਾਈਵਿੰਗ ਲਾਇਸੈਂਸ ਹੈ। ਮਤਲਬ ਕਿ ਮੈਂ ਸਾਰੀਆਂ ਸੁਵਿਧਾਵਾਂ ਗਿਣ ਨਹੀਂ ਸਕਦਾ ਜਿੰਨੀਆਂ ਸੁਵਿਧਾਵਾਂ ਇਹਦੇ ਅੰਦਰ ਦਿੱਤੀਆਂ। ਡੋਮੀਸਾਈਲ ਬਣਾਉਣਾ, ਪੁਲਿਸ ਕੋਈ ਸ਼ਿਕਾਇਤ ਕਰਨੀ ਹੈ, ਕੋਈ ਜਿਹੜਾ ਹੈਗਾ ਸਰਵਿਸ ਲੈਣੀ ਹੈ, ਕਾਸਟ ਸਰਟੀਫਿਕੇਟ ਹੈ, ਬਰਥ ਸਰਟੀਫਿਕੇਟ ਹੈ, ਡੈਥ ਸਰਟੀਫਿਕੇਟ ਹੈ, ਰਾਸ਼ਨ ਕਾਰਡ ਹੈ, ਇਨਕਮ ਸਰਟੀਫਿਕੇਟ ਹੈ, ਹੈਂਡੀਕੈਪ ਦਾ ਸਰਟੀਫਿਕੇਟ ਹੈ, ਇਹਨਾਂ ਦੇ ਲਈ ਜੋ ਵੀ ਤੁਸੀਂ ਅਪਲਾਈ ਕਰਨਾ ਹੈ ਉਹ ਤੁਹਾਡਾ ਪਿੰਡ ਦੇ ਵਿੱਚ ਹੀ ਅਪਲਾਈ ਹੋ ਜਾਵੇਗਾ। ਜੇਕਰ ਤੁਸੀਂ ਕੋਈ ਪਰਮਿਸ਼ਨ ਲੈਣੀ ਹੈ, ਲਾਊਡ ਸਪੀਕਰ ਦੀ ਪਰਮਿਸ਼ਨ ਲੈਣੀ ਹੈ ਜਾਂ ਹੋਰ ਕਿਸੇ ਦੀ ਪਰਮਿਸ਼ਨ ਲੈਣੀ ਹੈ, ਤਾਂ ਉਹ ਵੀ ਤੁਸੀਂ CSE ਸੈਂਟਰ ਜਾ ਕੇ ਇੱਕ ਐਪਲੀਕੇਸ਼ਨ ਔਨਲਾਈਨ ਭਰੋਗੇ ਤਾਂ ਤੁਹਾਨੂੰ ਜਿਹੜਾ ਹੈਗਾ ਉਹਦੇ ਸੰਬੰਧੀ ਜੋ ਵੀ ਪਰਮਿਸ਼ਨ ਆ ਉਹ ਮਿਲ ਜਾਏਗੀ। ਹੁਣ ਗੱਲ ਇਹ ਆਉਂਦੀ ਹੈ ਕਿ CSE ਸੈਂਟਰ ਲੱਭੀਏ ਕਿਵੇਂ ਕਿ ਕਿੱਥੇ ਹੈ। ਇਹਦੇ ਵਾਸਤੇ ਸਾਡੇ ਕੋਲ ਜਿਹੜਾ ਹੈਗਾ ਇੱਕ ਬਹੁਤ ਵਧੀਆ ਸਿਸਟਮ ਹੈ। ਤੁਸੀਂ ਜਿਹੜਾ ਹੈਗਾ ਗੂਗਲ ਖੋਲ੍ਹਣਾ, ਗੂਗਲ ਖੋਲ੍ਹ ਕੇ ਉਹਦੇ ਉੱਪਰ ਲਿਖਣਾ ਲੋਕੇਟ, LOCATE CSE। ਜਦੋਂ ਇਹਨੂੰ ਲਿਖੋਗੇ, ਲਿਖ ਕੇ ਤੁਸੀਂ ਐਂਟਰ ਬਟਨ ਨੱਪੋਗੇ, ਜਿਸ ਤਰ੍ਹਾਂ ਕਿ ਇੱਥੇ ਇਹ ਐਂਟਰ ਨੱਪਤਾ ਤਾਂ ਇਹ ਤੁਹਾਡੇ ਕੋਲ ਖੁੱਲ੍ਹ ਗਿਆ CSE ਲੋਕੇਟਰ। CSE ਲੋਕੇਟਰ ਦੇ ਉੱਪਰ ਤੁਸੀਂ ਕਲਿੱਕ ਕਰਨਾ, ਕਲਿੱਕ ਕਰਨ ਤੋਂ ਬਾਅਦ ਦੇ ਵਿੱਚ ਇੱਕ ਇਹ ਵਿੰਡੋ ਓਪਨ ਹੋਏਗੀ। ਇਸ ਵਿੰਡੋ ਦੇ ਵਿੱਚ ਸਭ ਤੋਂ ਪਹਿਲਾਂ ਸਟੇਟ ਲਿਖਾਂਗੇ, ਜਿਵੇਂ ਆਪਣੀ ਸਟੇਟ ਪੰਜਾਬ ਹੈ ਤਾਂ ਆਪਾਂ ਪੰਜਾਬ ਲਿਖਾਂਗੇ। ਪੰਜਾਬ ਲਿਖਣ ਤੋਂ ਬਾਅਦ 'ਚ ਸਾਡਾ ਜੋ ਡਿਸਟ੍ਰਿਕਟ ਹੈਗਾ, ਮੇਰਾ ਡਿਸਟ੍ਰਿਕਟ ਫਿਰੋਜ਼ਪੁਰ ਹੈ ਤਾਂ ਮੈਂ ਫਿਰੋਜ਼ਪੁਰ ਲਿਖਾਂਗਾ। ਫਿਰੋਜ਼ਪੁਰ 'ਤੇ ਕਲਿੱਕ ਕੀਤਾ, ਲਓ ਜੀ ਇਹ ਫਿਰੋਜ਼ਪੁਰ ਆ ਗਿਆ। ਇਸ ਤੋਂ ਅਗਾਂਹ ਆ ਗਿਆ ਸਬ ਡਿਸਟ੍ਰਿਕਟ, ਮੈਂ ਕਿ ਆਪਣਾ ਬਲੋਕ, ਮੇਰਾ ਬਲੋਕ ਜੀਰਾ ਲਿਖ ਦਿੱਤਾ। ਵਿਲੇਜ CSE ਵਿਲੇਜ, ਮਤਲਬ ਕਿ VLE ਵਿਲੇਜ, ਆਪਣੇ ਪਿੰਡ ਦਾ ਮੈਂ ਨਾਮ ਲਿਖ ਦਿੱਤਾ ਇਸ ਜਗ੍ਹਾ 'ਤੇ। ਹੁਣ ਇਸ ਤੋਂ ਅਗਾਂਹ ਲਿਖਿਆ ਕਿ ਐਂਟਰ ਕੈਪਚਾ, ਇਹ ਜੋ ਨੰਬਰ ਹੈ ਮੈਂ ਇਸ ਖਾਨੇ ਦੇ ਵਿੱਚ ਭਰ ਦੇਣੇ ਹੈ। ਲਓ ਜੀ ਮੈਂ ਇਹ ਭਰ ਦਿੱਤੇ। ਹੁਣ ਨੀਲਾ ਬਟਨ ਨੱਪ ਕੇ ਅਤੇ ਇਹਦੇ ਉੱਪਰ ਨੀਲੇ ਬਟਨ 'ਤੇ ਕਲਿੱਕ ਕਰਾਂਗਾ ਸਰਚ। ਜਦੋਂ ਸਰਚ ਕੀਤਾ ਤਾਂ ਹੇਠਲੇ ਪਾਸੇ ਜਿਹੜਾ ਹੈਗਾ CSE ਸੈਂਟਰ ਮੇਰੇ ਪਿੰਡ ਜਾਂ ਮੇਰੇ ਪਿੰਡ ਦੇ ਆਸ ਪਾਸ ਜੋ CSE ਸੈਂਟਰ ਹੈ ਉਹਨਾਂ ਬੰਦਿਆਂ ਦੇ ਨਾਮ ਆ ਗਏ ਅਤੇ ਉਹ ਐਡਰੈਸ ਆ ਗਿਆ। ਮੈਂ ਉੱਥੋਂ ਜਾ ਕੇ ਇਹ ਸਾਰੀਆਂ ਸੁਵਿਧਾਵਾਂ ਦਾ ਫਾਇਦਾ ਲੈ ਸਕਦਾ ਸਰਕਾਰ ਦੁਆਰਾ ਨਿਰਧਾਰਿਤ ਫੀਸ 'ਤੇ। ਅਤੇ ਮੈਂ ਇੱਕ ਹੋਰ ਦਿਖਾਉਣਾ ਕਿ ਮੈਂ ਮਮਦੋੜ ਦਾ ਭਰਦਾ ਹੈ, ਮਮਦੋੜ ਮੇਰੇ ਤੋਂ ਦੂਰ ਹੈ, ਬਲੋਕ ਉਹਦਾ ਫਿਰੋਜ਼ਪੁਰ ਹੈ, ਮੈਂ ਕਿ ਸਬ ਡਿਸਟ੍ਰਿਕਟ ਫਿਰੋਜ਼ਪੁਰ ਹੈ, ਇਹ ਕੈਪਚਾ ਭਰਿਆ ਤਾਂ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਮਮਦੋੜ ਦੇ ਵਿੱਚ ਜਿਹੜਾ ਹੈਗਾ ਕਾਫੀ ਨੌਜਵਾਨਾਂ ਨੇ CSE ਸੈਂਟਰ ਲੈ ਰੱਖੇ ਹੈ। ਲੋਕ ਕਰ ਕੀ ਰਹੇ ਕਿ CSE ਸੈਂਟਰ ਲੈ ਰਹੇ ਆ, ਲੇਕਿਨ ਲੋਕਾਂ 'ਚ ਪ੍ਰਚਾਰ ਨਹੀਂ ਕਰ ਰਹੇ। ਜਿਹਨੇ ਸੁਵਿਧਾ ਲੈਣੀ ਉਹਨੂੰ ਪਤਾ ਨਹੀਂ ਹੈਗਾ ਸੁਵਿਧਾ ਦੇਣ ਵਾਲਾ ਘਰ CSE ਸੈਂਟਰ ਲੈ ਕੇ ਬੈਠਾ ਹੈ। ਤੁਸੀਂ ਇੱਥੋਂ ਲੱਭੋ, ਜੇ ਤੁਸੀਂ ਖੁਦ ਨਹੀਂ ਚਲਾਉਣਾ ਤਾਂ ਤੁਹਾਡੇ ਪਿੰਡ 'ਚ ਜਿਹੜਾ CSE ਸੈਂਟਰ ਆ ਉੱਥੋਂ ਜਾ ਕੇ ਇਹਨਾਂ ਸੁਵਿਧਾਵਾਂ ਦਾ ਫਾਇਦਾ ਲਵੋ। ਦੋਸਤੋ, ਕਿਉਂਕਿ ਇਹ ਵੀਡੀਓ ਪਹਿਲਾਂ ਹੀ 9 ਮਿੰਟ ਤੋਂ ਉੱਪਰ ਹੋ ਗਈ ਹੈ, ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਆਪਾਂ CSE ਸੈਂਟਰ ਲੈਣਾ ਕਿਵੇਂ ਹੈ। CSE ਸੈਂਟਰ ਲੈ ਸਕਦੇ ਹਾਂ ਜਾਂ ਆਪਾਂ ਡਿਸਟ੍ਰਿਕਟ ਮੈਨੇਜਰ ਲੈ ਸਕਦੇ ਹਾਂ ਪੂਰੀ ਡਿਸਟ੍ਰਿਕਟ ਨੂੰ ਕੰਟਰੋਲ ਕਰਨ ਵਾਸਤੇ ਜਾਂ ਸਟੇਟ ਨੂੰ, ਤਾਂ ਇਹਦੇ 'ਤੇ ਤੁਸੀਂ ਗੌਰਮੈਂਟ ਵੱਲੋਂ ਜਿਹੜੀਆਂ ਆਹ ਫੀਸ ਨਿਰਧਾਰਿਤ ਕੀਤੀ ਗਈ ਹੈ ਉਹ ਫੀਸ ਲੈ ਕੇ ਲੋਕਾਂ ਦੇ ਜਿਹੜੇ ਹੈਗੇ ਆ ਫੋਰਮ ਭਰੋਗੇ, ਲੋਕਾਂ ਨੂੰ ਸੁਵਿਧਾਵਾਂ ਦੇਵੋਗੇ, ਤਾਂ ਉਹ ਸੁਵਿਧਾਵਾਂ ਦੇਣ ਦੇ ਬਦਲੇ ਤੁਹਾਨੂੰ ਫੀਸ ਮਿਲੇਗੀ। ਉਸ ਤੋਂ ਬਾਅਦ ਜਦੋਂ ਵੀ ਕਿਸੇ ਜਿਹੜਾ ਹੈਗਾ ਗ੍ਰਾਹਕ ਦਾ ਜੋ ਸਰਟੀਫਿਕੇਟ ਬਣ ਕੇ ਆਏਗਾ ਉਹਦੇ ਘਰ ਡਿਲੀਵਰ ਕਰੋਗੇ ਤਾਂ ਤੁਹਾਨੂੰ ਉਸ ਦੇ ਪੈਸੇ ਮਿਲਣਗੇ।
ਤਾਂ ਉਹ ਪੈਸੇ ਜਿਹੜੇ ਹੈਗੇ ਆ ਤੁਹਾਡੀ ਆਮਦਨ ਨੂੰ ਕਾਫੀ ਗੁਣਾ ਤੱਕ ਵਧਾ ਸਕਦੇ ਹੈ। ਤਾਂ ਇਹਦੇ ਵਿੱਚ ਜਿਸ ਤਰ੍ਹਾਂ ਕਿ ਇਹ ਡਿਜੀਟਲ ਸੇਵਾ ਇਹ ਵੈਬਸਾਈਟ ਹੈ ਜੋ ਇਸ ਸਮੇਂ ਮੈਂ ਖੋਲ੍ਹ ਕੇ ਤੁਹਾਨੂੰ ਇਹ ਦਿਖਾ ਰਿਹਾ ਹੈਗਾ, ਇਹ ਤਾਂ ਡਿਜੀਟਲ ਸੇਵਾ CSE.NIC.IN, ਅਤੇ ਇਹਨਾਂ ਨੇ ਬਕਾਇਦਾ ਉੱਪਰ ਲਿਖਿਆ ਹੋਇਆ ਕਿ ਤੁਸੀਂ ਜਿਹੜਾ ਹੈਗਾ 30,000 ਰੁਪਏ ਤੱਕ ਮਹੀਨਾ ਕਿਸ ਤਰੀਕੇ ਦੇ ਨਾਲ ਕਮਾ ਸਕਦੇ ਹੋ। ਤੁਸੀਂ ਜੇਕਰ ਇਸ ਵੈਬਸਾਈਟ 'ਤੇ ਜਾਓਗੇ www.digitalseva.NIC.IN ਲਿਖੋ, ਅਰਨ 15 to 30,000 ਰੁਪਇਆ ਪਰ ਮੰਥ, ਮਤਲਬ ਕਿ ਇਹ ਸਾਰੀਆਂ ਸਰਵਿਸਿਜ਼ ਤੁਸੀਂ ਪਿੰਡ ਦੇ ਵਿੱਚ ਦਿਓਗੇ, ਜਿੰਨਾ ਪ੍ਰਚਾਰ ਕਰੋਗੇ, ਜਿੰਨੀ ਬੈਟਰ ਸਰਵਿਸ ਦਿਓਗੇ, ਉਨਾ ਜ਼ਿਆਦਾ ਜਿਹੜਾ ਹੈਗਾ ਤੁਹਾਡਾ ਵਧੇਗਾ। ਲੋਕਾਂ ਨੂੰ ਫਾਇਦਾ ਇਹ ਹੋਏਗਾ ਕਿ ਉਹ ਲਟੇਰਿਆਂ ਤੋਂ ਬਚਣਗੇ, ਘਰ ਬੈਠੇ ਇਹ ਸੇਵਾ ਲੈ ਸਕਦੇ ਹੈ, ਅਤੇ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਤੁਸੀਂ ਜਿਹੜਾ ਹੈਗਾ ਉਹਦੇ ਤੋਂ ਘਰ ਬੈਠੇ ਆਪਣਾ ਪੈਸਾ ਕਮਾ ਰਹੇ ਹੋ। ਤਾਂ ਦੋਸਤੋ ਅਗਲੀ ਵੀਡੀਓ 'ਚ ਗੱਲ ਕਰਾਂਗਾ ਕਿ ਅਸੀਂ ਰਜਿਸਟ੍ਰੇਸ਼ਨ ਕਿਸ ਤਰੀਕੇ ਨਾਲ ਕਰਾਉਣੀ ਹੈ। ਦੇਖੋ ਜੀ, ਟਿਕਟਾਂ ਤੱਕ ਬੁੱਕ ਕਰਾ ਸਕਦੇ ਹੋ, ਭਾਵੇਂ ਟ੍ਰੇਨ ਦੀ ਟਿਕਟ ਹੈ, ਭਾਵੇਂ ਕੋਚ ਦੀ ਟਿਕਟ ਹੈ। ਦੋਸਤੋ ਜੇ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਨੈਕਸਟ ਪਾਰਟ ਦੇ ਵਿੱਚ ਮਿਲਦੇ ਹਾਂ, ਧੰਨਵਾਦ ਦੋਸਤੋ।